ਕਰਨ ਲਈ ਬੜਾ ਧਿਆਨ ਦੀ ਇਕਾਗਰਤਾ ਦੀ ਲੋੜ ਹੁੰਦੀ ਗੁਰਮੁਖੋ। ਇਹ ਸੁਣਨਾ ਵੀ ਉਹੀ ਚਾਹੁੰਦਾ ਜਿਹੜਾ ਇਹਦੇ ਮਨ ਨਾਲ ਮੇਲ ਖਾਂਦਾ। ਫਿਰ ਬੇਨਤੀ ਸੁਣਨੀ, ਇਹ ਮਨ ਸੁਣਨਾ ਵੀ ਉਹੀ ਕੁਝ ਚਾਹੁੰਦਾ ਜਿਹੜਾ ਇਸਦੇ ਮਨ ਨਾਲ ਮੇਲ ਖਾਂਦਾ। ਜਿਹੜਾ ਇਸਦੇ ਮਨ ਨਾਲ ਮੇਲ ਖਾਂਦਾ ਇਸਨੂੰ ਬਦਲ ਕਿਵੇਂ ਸਕਦਾ? ਇੱਕ ਵਾਰੀ ਕਹਿ ਦਿਓ ਸਤਨਾਮ ਵਾਹਿਗੁਰੂ। ਫਿਰ ਬੇਨਤੀ ਕਰਾਂ, ਜਿਹੜਾ ਇਸਦੇ ਮਨ ਦੇ ਨਾਲ ਹੀ ਸਹਿਮਤ ਆ ਉਹ ਕਿਵੇਂ ਇਸਨੂੰ ਬਦਲ ਸਕੇਗਾ? ਧੰਨ ਗੁਰੂ ਪੰਚਮ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਦੇ ਨੇ, ਕਹਿੰਦੇ ਕਾਹੇ ਮਨ ਤੋਂ ਡੋਲਦਾ ਹਰ ਮਨ ਸਭ ਪੂਰਨ ਹਾਰ। ਮਨਾ ਤੋਂ ਡੋਲਦਾ ਕਿਉਂ, ਕੀ ਕਾਰਨ ਹੈ ਤੇਰੇ ਡੋਲਣ ਦੇ? ਅਸਲ 'ਚ ਡੋਲਦਾ ਇਸ ਕਰਕੇ ਜੋ ਕੁਝ ਮਿਲਿਆ ਹੈ ਕਿਤੇ ਖੋ ਨਾ ਜਾਏ। ਕਿਰਪਾ ਕਰਨਾ ਜ਼ਰਾ, ਇਸ ਦੇ ਡੋਲਣ ਦਾ ਇੱਕੋ ਹੀ ਬਹੁਤ ਵੱਡਾ ਕਾਰਨ ਹੈ। ਇਹ ਇਸ ਕਰਕੇ ਡੋਲਦਾ ਹੈ ਜੋ ਕੁਝ ਮਿਲਿਆ ਹੈ ਉਹ ਕਿਤੇ ਖੋ ਹੀ ਨਾ ਜਾਏ। ਧਨ ਮਿਲਿਆ ਹੈ ਕਿਤੇ ਖੋ ਨਾ ਜਾਏ, ਪੁੱਤਰ ਮਿਲੇ ਨੇ ਕਿਤੇ ਖੋ ਨਾ ਜਾਣ, ਜ਼ਮੀਨ ਜਾਇਦਾਦ ਮਿਲੀ ਹੈ ਕਿਤੇ ਖੋ ਨਾ ਜਾਏ, ਕੁਰਸੀ ਮਿਲੀ ਹੈ ਕਿਤੇ ਖੋ ਨਾ ਜਾਏ। ਇਸ ਦੇ ਡੋਲਣ ਦਾ ਕਾਰਨ ਹੀ ਇੱਕੋ ਹੈ, ਮਿਲੇ ਹੋਏ ਦੇ ਨਾਲ ਚਿੰਬੜ ਗਿਆ, ਲੱਥਦਾ ਨਹੀਂ। ਇਸ ਨੂੰ ਖਤਰੇ ਬਣੇ ਹੋਏ ਨੇ। ਪੰਜ ਤਰ੍ਹਾਂ ਦੇ ਲੋਕ ਭੈ ਵਿੱਚ ਜਿਉਂਦੇ ਨੇ। ਬੜੇ ਗੁਰਮੁਖ ਸੱਜਣ ਆਪ ਜੀ ਬੈਠੇ ਹੋ, ਪੰਜ ਤਰ੍ਹਾਂ ਦੇ ਬੰਦੇ ਭੈ ਵਿੱਚ ਰਹਿੰਦੇ ਨੇ, ਭੈ ਵਿੱਚ ਹੀ ਉਹ ਜਿਉਂਦੇ ਨੇ ਸਦਾ। ਲਾਲਚੀ, ਸਵਾਰਥੀ, ਗਿਆਨਹੀਨ, ਕਾਮੀ ਅਤੇ ਬਰਾਉਣ। ਫਿਰ ਬੇਨਤੀ ਕਰਾਂ ਦੁਬਾਰਾ, ਪੰਜ ਤਰ੍ਹਾਂ ਦੇ ਲੋਕ ਭੈ ਵਿੱਚ ਜੀਵਨ ਜਿਉਂਦੇ ਨੇ, ਡੋਲਦੇ ਰਹਿੰਦੇ ਨੇ। ਲਾਲਚੀ, ਇਸਨੂੰ ਲੋਭੀ ਕਹਿ ਲਓ ਤੁਸੀਂ, ਉਸਨੂੰ ਪਤਾ ਹੈ ਉਸਨੇ ਕੋਈ ਨਾ ਕੋਈ ਖੁਰਾਪਾਤੀ ਕਰਨੀ ਹੈ, ਆਪਣਾ ਲਾਲਚ ਪੂਰਾ ਕਰਨ ਲਈ ਉਹਨੇ ਦੂਜੇ ਨੂੰ ਲੁੱਟਣਾ ਹੈ, ਚਾਹੇ ਉਹਦਾ ਢੰਗ ਵੱਖਰਾ ਕਿਉਂ ਨਾ ਹੋਵੇ। ਸਵਾਰਥੀ ਦੂਜੇ ਨੰਬਰ 'ਤੇ ਹੈ। ਸਵਾਰਥੀ ਰੱਬ ਨੂੰ ਵੀ ਵੇਚ ਸਕਦਾ ਜੇ ਉਹਦਾ ਦਾਅ ਲੱਗ ਜਾਏ ਤਾਂ, ਕਿਉਂਕਿ ਉਸਦੀ ਜਿਹੜੀ ਭੁੱਖ ਆ ਉਹ ਸਵਾਰਥ ਤੋਂ ਬਗੈਰ ਪੂਰੀ ਨਹੀਂ ਹੋਣੀ। ਤੀਸਰਾ ਹੈ ਗਿਆਨਹੀਨ, ਜਿਸ ਨੂੰ ਪਤਾ ਨਹੀਂ। ਮਾਲਕ ਵੀ ਕਹਿੰਦੇ ਨੇ ਪਰਜਾ ਅੰਧੀ ਗਿਆਨ ਵਿਹੋਣੀ ਪਾਏ ਭਰੇ ਲੋਕਾ। ਦੇਖ ਅੰਨੇ ਨੇ, ਗਿਆਨਹੀਨ ਨੇ, ਅਤੇ ਗਿਆਨਹੀਨ ਮਨੁੱਖ ਜਿਹੜਾ ਉਸਨੂੰ ਇੱਕ ਭੈ ਬਣਿਆ ਹੀ ਰਹਿੰਦਾ ਵੀ ਮੇਰੇ ਨਾਲ ਕੁਝ ਐਸਾ ਨਾ ਵਾਪਰ ਜਾਏ ਕਿਤੇ ਦੁੱਖੀ ਨਾ ਮੁੱਕਣ। ਆਖੋ ਸਤਨਾਮ ਵਾਹਿਗੁਰੂ। ਚੌਥਾ, ਰੱਬ ਦੇ ਪਿਆਰਿਆਂ ਨੇ ਕਾਮੀ ਨੂੰ ਕਿਹਾ, ਵਾਸ਼ਨਾ ਨਾਲ ਭਰੇ ਹੋਏ ਬੰਦੇ ਨੂੰ, ਕਾਮਨਾ ਜਿਹੜੀ ਹੈ ਪੂਰੀ ਕਰਨ ਲਈ ਉਹਨੂੰ ਲੁੱਟਣਾ ਪੈਣਾ ਦੂਜਿਆਂ ਨੂੰ, ਉਹ ਨਹੀਂ ਪਰਵਾਹ ਕਰਦਾ ਕਿਸੇ ਦੀ। ਪੰਜਵਾਂ ਹੈ ਗੁਲਾਮ। ਇਹ ਪੰਜ ਹੀ ਕਿਸੇ ਵੀ ਦੁਨੀਆਂ ਦੀਆਂ ਸਰਕਾਰਾਂ ਨੂੰ ਚਲਾਉਣ ਵਿੱਚ ਮਦਦ ਕਰਦੇ ਨੇ। ਇੱਕ ਵਾਰੀ ਕਹਿ ਦਿਓ ਸਤਨਾਮ ਵਾਹਿਗੁਰੂ। ਪੂਰੇ ਹਾਮੀ ਹੁੰਦੇ ਨੇ ਸਦਾ ਹੀ। ਪਾਤਸ਼ਾਹ ਜੀ ਕਹਿੰਦੇ ਕਾਹੇ ਮਨ ਤੋਂ ਡੋਲਤਾ ਹਰ ਮਨ ਸਭ ਪੂਰਨ ਹਾਰ। ਤੈਨੂੰ ਭਰੋਸਾ ਨਹੀਂ ਸਤਿਗੁਰ
ਤੇਰੀ ਹਰ ਭੁੱਖ ਪੂਰੀ ਕਰ ਦੇਗਾ। ਜਿਹੜੀ ਚੀਜ਼ ਆਪ ਡੋਲਦੀ ਹੈ ਗੁਰਮੁਖ, ਉਹ ਤੁਹਾਨੂੰ ਅਡੋਲ ਕਿਵੇਂ ਰੱਖ ਸਕੇਗੀ? ਰੇਲ ਗੱਡੀ ਤੇ ਬੈਠੇ ਹੋਈਏ, ਰੇਲ ਗੱਡੀ ਤੇ ਆਪ ਡੋਲਦੀ ਹੈ, ਤੁਸੀਂ ਕਿਵੇਂ ਅਡੋਲ ਬੈਠੋਗੇ? ਰੱਬ ਦੇ ਪਿਆਰੇ ਕਹਿੰਦੇ ਨੇ ਕਬੀਰ ਮਾਇਆ ਡੋਲਣੀ। ਜਿਸ ਗੱਡੀ ਤੇ ਅਸੀਂ ਸਾਰੇ ਬੈਠੇ, ਮੈਂ ਵੀ ਨਾਲ ਹਾਂ ਤੁਹਾਡੇ, ਜਿਸ ਗੱਡੀ ਤੇ ਬੈਠੇ ਹਾਂ ਉਹ ਤੇ ਲੋਟ ਪੋਟ ਹੋਈ ਫਿਰਦੀ ਆ। ਆਖੋ ਸਤਨਾਮ ਵਾਹਿਗੁਰੂ। ਕਬੀਰ ਮਾਇਆ ਡੋਲਣੀ ਪਵਨ ਚ ਘੋਲਣ ਹਾਰ। ਤੁਸੀਂ ਕਦੇ ਦੇਖਿਆ ਰੁੱਖਾਂ ਦੇ ਪੱਤੇ ਥੋੜੀ ਜਿਹੀ ਹਵਾ ਦੇ ਨਾਲ ਖੜਕ ਜਾਂਦੇ ਨੇ? ਆਖੋ ਸਤਨਾਮ, ਡੋਲਣ ਲੱਗ ਜਾਂਦੇ ਨੇ। ਮੇਰੇ ਪਾਤਸ਼ਾਹ ਕਹਿੰਦੇ ਨੇ ਇਹ ਜਿਹੜਾ ਮਨ ਹੈ, ਮਾਇਆ ਨੇ ਇਸਨੂੰ ਬਹੁਤ ਬੁਰੀ ਤਰ੍ਹਾਂ ਹੈਰਾਨ ਕੀਤਾ ਹੋਇਆ। ਜਿਸ ਦਿਨ ਦੀ ਇਸਨੂੰ ਹੋਸ਼ ਆਈ ਹੈ, ਇਸਨੇ ਮਾਇਆ ਦੇ ਘੋੜੇ ਦੌੜਾਏ ਹੋਏ ਨੇ। ਇੱਕ ਵਾਰੀ ਕਹਿ ਦਿਓ ਸਪਨਾ, ਵਾਹਿਗੁਰੂ। ਕਿਤੇ ਗਲਤੀ ਖਾ ਜਾਂਦੇ ਤਾੜਨਾ ਕਰਦੇ ਨਹੀਂ, ਪਰ ਜੇ ਸੱਚ ਲੱਗੇ ਤੇ ਇਹਨੂੰ ਨਾਲ ਜ਼ਰੂਰ ਲੈ ਕੇ ਜਾਣਾ। ਏਡੀ ਤੇਜ਼ ਦੌੜਾਏ ਹੋਏ ਨੇ ਘੋੜੇ ਮਾਇਆ ਦੇ, ਇਸਨੇ ਕਿਤੇ ਵੇਲੇ ਵੀ ਮੂੰਹ ਦੇ ਭਾਰ ਡਿੱਗ ਪੈਣਾ। ਆਖੋ ਸਤਨਾਮ। ਮੈਂ ਕੱਲ ਵੀ ਬੇਨਤੀ ਕੀਤੀ ਸੀ, ਮਾਇਆ ਸਿਰਫ ਪੈਸਿਆਂ ਨੂੰ ਨਹੀਂ ਅਸੀਂ ਕਹਿੰਦੇ, ਇਹਦਾ ਨਾ ਹੀ ਮਾਇਆ ਨਹੀਂ। ਕਦੇ ਸਿੱਧਾਂ ਨੇ ਪਾਤਸ਼ਾਹ ਜੀ ਤੋਂ ਪੁੱਛਿਆ ਸੀ, ਦੁਨੀਆ ਸਾਗਰ ਦੁੱਤਰ ਕਹੀ ਹੈ, ਕਿਉਂ ਕਰ ਪਾਈਏ ਪਾਰੋ? ਇਹ ਸੰਸਾਰ ਕਠਨ ਸਾਗਰ ਹੈ, ਖਿਆਲ ਰੱਖਣਾ ਜੇ ਸਾਗਰ ਹੈ ਤੇ ਪਾਣੀ ਵੀ ਹੋਏਗਾ, ਪਾਣੀ ਹੈ ਤੇ ਲਹਿਰਾਂ ਵੀ ਹੋਣਗੀਆਂ, ਕਿਉਂਕਿ ਪਾਣੀ ਤੋਂ ਬਗੈਰ ਸਾਗਰ ਨਹੀਂ ਹੋ ਸਕਦਾ। ਸਿੱਧ ਪੁੱਛਦੇ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਤੋਂ, ਪਾਤਸ਼ਾਹ ਜੀ ਦੁਨੀਆ ਸਾਗਰ ਦੁੱਤਰ ਕਹੀਏ, ਕਿਉਂ ਕਰ ਪਾਈਏ ਪਾਰੋ? ਇਹ ਕਠਨ ਸਾਗਰ ਤੋਂ ਪਾਰ ਕਿਵੇਂ ਹੋਣਾ? ਇਸ ਵਿੱਚ ਮੋਹ ਦਾ ਜਲ ਹੈ, ਲੋਭ ਦੀ ਲਹਿਰ ਹੈ, ਇਹ ਮਨੁੱਖ ਵਿੱਚ ਗੋਤੇ ਖਾਂਦਾ ਫਿਰ ਡੁੱਬ ਗਿਆ। ਔਰ ਉਹ ਸਿੱਧ ਐਡੇ ਵੱਡੇ ਸਮਰੱਥਾ ਵਾਲੇ, ਜਿਹਨਾਂ ਦੇ ਕੋਲ ਰਿੱਧੀਆਂ ਸਿੱਧੀਆਂ ਨੇ, ਕੋਈ ਵੀ ਚਮਤਕਾਰ ਕਰਕੇ ਦਿਖਾ ਦਿੰਦੇ ਨੇ, ਪਰ ਪਰੇਸ਼ਾਨ ਬੈਠੇ ਨੇ, ਪਰੇਸ਼ਾਨ ਨੇ, ਅੰਦਰ ਸ਼ਾਂਤੀ ਨਹੀਂ। ਆਖੋ ਸਤਨਾਮ ਵਾਹਿਗੁਰੂ। ਹੈਰਾਨੀ ਦੀ ਗੱਲ ਨਹੀਂ ਵੀ ਘਰ ਵਿੱਚ ਸਭ ਕੁਝ ਹੈ, ਕਾਰ ਖੜੀ ਹੈ, ਬੰਗਲਾ ਹੈ, ਘਰ ਵਿੱਚ ਪੈਸੇ ਨੇ, ਸਾਰੇ ਪਦਾਰਥ ਨੇ, ਫਿਰ ਵੀ ਪਰੇਸ਼ਾਨ ਹੈ, ਫਿਰ ਵੀ ਔਖਾ, ਫਿਰ ਵੀ ਰਾਤ ਨੀਂਦ ਨਹੀਂ ਆਉਂਦੀ। ਕਾਰਨ ਕੀ ਆ? ਇਹਦੇ ਅੰਦਰ ਟਿਕਾ ਕਿਉਂ ਨਹੀਂ? ਇਹ ਆਨੰਦ ਵਿੱਚ ਕਿਉਂ ਨਹੀਂ ਰਹਿੰਦਾ? ਕਦੇ ਇਹਨੂੰ ਪੁੱਛਣਾ ਪਏਗਾ ਵੀ ਦੌੜ ਵੀ ਲਗਾ ਕੇ ਦੇਖ ਲਈ, ਸਭ ਕੁਝ ਬਦਲ ਕੇ ਵੀ ਦੇਖ ਲਿਆ, ਫਿਰ ਵੀ ਉਪਰਾਮਤਾ ਕਿਉਂ ਬਣੀ ਹੋਈ ਹੈ? ਅਚਰਪਟ ਨਾਥਿਕ ਸਿੱਧ ਹੋਇਆ। ਮੈਂ ਬੇਨਤੀ ਕਰਾਂ ਪਾਤਸ਼ਾਹ ਜੀ ਨੂੰ ਪੁੱਛਦਾ, ਚਰਪਟ ਬੋਲੇ ਅਬਦੂ ਨਾਨਕ ਦਿਓ ਸੱਚਾ ਵਿਚਾਰੋ। ਸਤਿਗੁਰ ਨੂੰ ਕਹਿੰਦੇ ਨੇ ਸਾਨੂੰ ਇਹ ਦੱਸੋ ਵੀ ਇਹ ਜਿਹੜਾ ਸੰਸਾਰ ਸਾਗਰ ਹੈ, ਇਸ ਤੋਂ ਪਾਰ ਕਿਵੇਂ ਹੋਣਾ? ਇਹ ਚਰਪਟ ਨਾਥ ਸਵਾਲ ਕਰਦਾ, ਡੋਲਦੇ ਨੇ, ਕਾਮ ਵੱਡੇ ਵੱਡਿਆਂ ਨੂੰ ਡੁਲਾਉਂਦਾ, ਕ੍ਰੋਧ ਵੱਡੇ ਵੱਡੇ ਬੰਦਿਆਂ ਦੇ ਗੁਣਾਂ ਨੂੰ ਨਾਸ਼ਤ ਕਰ ਸਕਦਾ ਇੱਕ ਮਿੰਟ ਵਿੱਚ, ਇੱਕ ਸਕਿੰਟ ਬਹੁਤ। ਕ੍ਰੋਧੀ ਬੰਦਾ ਕੋਈ ਵੀ ਸਾਹਮਣੇ ਆ ਜਾਏ, ਬਾਪ ਆ ਜਾਏ, ਬਾਬਾ ਆ ਜਾਏ, ਵੱਡਾ ਆ ਜਾਏ,
ਉਸਦੀ ਲਾਂਭਾ ਕਰ ਸਕਦਾ ਕ੍ਰੋਧੀ ਬੰਦਾ। ਕ੍ਰੋਧ ਵਿੱਚ ਆਇਆ ਹੋਇਆ ਮਨੁੱਖ ਆਪਣੇ ਸ਼ੁਭ ਗੁਣਾਂ ਨੂੰ ਨਾਸ਼ ਕਰ ਜਾਂਦਾ ਗੁਰੂ ਕ੍ਰੋਧ, ਉਹ ਬੋਲਣਾ ਹੀ ਭੁੱਲ ਜਾਂਦਾ, ਕਹਿਣਾ ਹੀ ਭੁੱਲ ਜਾਂਦਾ, ਕੀ ਕਹਿਣਾ ਬਾਪ ਨੂੰ, ਕੀ ਕਹਿਣਾ ਮਾਤਾ ਨੂੰ। ਅਚਰਪਟ ਬੋਲਦਾ ਅਬਦੂ ਨਾਨਕ, ਅਬਦੂ ਬੜਾ ਸਤਿਕਾਰਯੋਗ ਸ਼ਬਦ ਹੈ ਜਿਵੇਂ ਤੁਸੀਂ ਗੁਰਮੁਖ ਸ਼ਬਦ ਵਰਤਦੇ ਹੋ। ਦੇਖੋ ਸੱਚਾ ਵਿਚਾਰ, ਪਾਤਸ਼ਾਹ ਨੇ ਪੁੱਛਿਆ ਸੀ ਤੁਸੀਂ ਕੌਣ ਹੋ, ਕਹਿੰਦੇ ਸੀ ਅਸੀਂ ਪਾਰ ਗ੍ਰਾਮੀ ਹਾਂ, ਅਸੀਂ ਭਾਵ ਸਾਗਰ ਤੋਂ ਪਾਰ ਹੋ ਗਏ ਹਾਂ। ਤੇ ਮੇਰੇ ਮਾਲਕ ਕਹਿੰਦੇ ਨੇ, ਕਹਿੰਦੇ ਆਪੇ ਆਖੇ ਆਪੇ ਸਮਝੇ ਤਿਸਕਿਆ ਉੱਤਰ ਦੀਜੇ। ਬੜੀ ਚਲਾਕੀ ਹੈ ਚਰਪਟ ਨਾਥ, ਆਪੇ ਹੀ ਸਵਾਲ ਕਰੀ ਜਾਂਦੇ ਹੋ, ਆਪੇ ਹੀ ਜਵਾਬ ਦੇਈ ਜਾਂਦੇ ਹੋ। ਆਖੋ ਸਤਨਾਮ ਵਾਹਿਗੁਰੂ। ਸਰ ਬੇਨਤੀ ਕਰਨ ਟਿਕਾਓ ਬਣਾਉਣਾ ਪਏਗਾ, ਗਾ ਕੇ ਚਲੇ ਜਾਣਾ ਕੋਈ ਵੱਡੀ ਗੱਲ ਨਹੀਂ, ਫੜ ਲਓ ਨਾਲ ਕੁਝ ਨਹੀਂ ਬਣਦਾ। ਇਹ ਮਨ ਇਹਨਾਂ ਗੱਲਾਂ ਨੂੰ ਪੁੱਛਦੇ ਨਹੀਂ, ਸਾਰੇ ਦੇਖਿਆ ਹੀ ਆ, ਰੋਜ਼ ਮਨ ਨਾਲ ਹੀ ਲੜਦੇ ਹੋ, ਮਨ ਹੀ ਖਵਾਏ ਹੋਏ ਨੇ ਸਾਰੇ। ਜਿਤਨੀ ਬਾਣੀ ਹੈ ਪਾਤਸ਼ਾਹ ਜੀ ਨੇ ਮਨ ਦੇ ਇਰਦ ਗਿਰਦ ਲਿਖੀ। ਆਹੋ ਕੀ ਕਹਿੰਦੇ ਨੇ ਪਾਤਸ਼ਾਹ, ਕਹਿੰਦੇ ਨੇ ਮਨ ਦੇ ਪ੍ਰਭ ਕੀ ਸ਼ਰਨ ਵਿਚਾਰੋ। ਉਹ ਮਨਾ ਤੂੰ ਬਾਕੀ ਜਗ੍ਹਾ ਵੀ ਤਾਂ ਸਾਰਾ ਦਿਨ ਖੁਆਰ ਹੁੰਦਾ ਹੀ ਰਹਿਣਾ, ਕਦੇ ਤੇਰੇ ਅੰਦਰ ਇਹ ਨਹੀਂ ਆਇਆ ਕਿ ਕਦੇ ਪ੍ਰਭੂ ਦੀ ਸ਼ਰਨ ਵਿੱਚ ਵੀ ਚਲੇ ਜਾਏ, ਜਿੱਥੇ ਸਦਾ ਆਨੰਦ ਵਰਸਦਾ। ਕਦੇ ਵੈਸੇ ਮਨ ਨਾਲ ਤੁਸੀਂ ਗੱਲਾਂ ਕੀਤੀਆਂ ਕਦੇ? ਈਰਖਾ ਤੋਂ ਉੱਪਰ ਚਲੇ ਜਾਓਗੇ ਤਾਂ ਈਸ਼ਵਰ ਦੀ ਪ੍ਰਾਪਤੀ ਦੀ ਸੰਭਾਵਨਾ ਹੋ ਸਕਦੀ ਹੈ। ਈਰਖਾ ਤੋਂ ਪਰੇ ਨਹੀਂ ਹੁੰਦਾ, ਗੱਲਾਂ ਈਸ਼ਵਰ ਦੀਆਂ ਕਰਦਾ, ਅੰਦਰ ਕੁੱਟ ਕੁੱਟ ਕੇ ਈਰਖਾ ਭਰੀ ਹੋਈ ਇਸਦੇ ਅੰਦਰ। ਗੱਲਾਂ ਤਾਂ ਅਸੀਂ ਨਿਰਵੈਰ ਦੀਆਂ ਕਰਦੇ ਹਾਂ, ਅੰਦਰ ਵੈਰ ਕੁੱਟ ਕੁੱਟ ਕੇ ਭਰਿਆ ਹੋਇਆ, ਦੂਜੇ ਨੂੰ ਚਾਹਤਾ ਨਹੀਂ। ਪੁੱਛ ਲੈਣਾ ਅੰਦਰੋਂ, ਜੇ ਉਸ ਮਾਰਗ 'ਤੇ ਚੱਲਣ ਦੀ ਇੱਛਾ ਹੈ ਤਾਂ ਪਾਤਸ਼ਾਹ ਕਹਿੰਦੇ ਭੁੱਲ ਲੈ ਮਾਰਗ ਜਿਹਨੇ ਬਤਾਇਆ, ਐਸਾ ਗੁਰ ਭੁੱਲਿਆ ਮਾਰਗ ਪਾ ਦਿੱਤਾ। ਪਰ ਕਦੇ ਇਹਨੇ ਗੰਭੀਰਤਾ ਨਾਲ ਲਿਆ ਨਹੀਂ, ਇਹ ਤਾਂ ਇੱਥੇ ਹੀ ਵਿਚਾਰਾ ਤੁਰਿਆ ਫਿਰਦਾ। ਆਖੋ ਸਤਨਾਮ। ਬੇਨਤੀ ਕਰ ਰਹੇ ਸੀ ਮਨ ਦੇ ਪ੍ਰਭ ਕੀ ਸ਼ਰਨ ਵਿਚਾਰੋ, ਜਿਹ ਸਿਮਰਤ ਗਣਕਾ ਸੀ ਉਤਰੀ, ਅਦੇਖ ਗਈ ਗੁਜ਼ਰੀ। ਧੰਦਾ ਕਰਨ ਵਾਲੀ ਹੈ ਬੀਬੀ, ਤਾਂ ਗੁਰੂ ਤੇਗ ਬਹਾਦਰ ਸਾਹਿਬ ਕਹਿ ਰਹੇ ਨੇ, ਕਹਿੰਦੇ ਦੇਖ ਜਿਸਦਾ ਸਰੀਰ ਪਾਪਾਂ ਨਾਲ ਭਰਿਆ ਹੋਇਆ ਹੋਵੇ, ਜੈ ਸਿਮਰਤ ਗਨਕਾਸੀ ਉਦਰੀ ਤਾਕਾ ਜਸ ਉਰਤਾਰੋ। ਆਹ ਦੇਖ ਜਿਸ ਤੋਂ ਇਹੋ ਜਿਹੇ ਪਾਪੀ ਵੀ ਕਲੇਵਰ ਤੋੜ ਕੇ ਚਲੇ ਗਏ ਸੱਚਖੰਡ ਨੂੰ, ਕਦੇ ਤੂੰ ਵੀ ਉਹਦੀ ਸ਼ਰਨ ਦਾ ਖਿਆਲ ਕਰ, ਤੂੰ ਵੀ ਬਖਸ਼ਿਆ ਜਾਏਗਾ। ਆ ਇੱਥੇ ਇਸ ਕਰਕੇ ਤਾਂ ਆਏ ਹਾਂ ਕਿਤੇ ਬਖਸ਼ੇ ਜਾਈਏ, ਪਰ ਇਹ ਉਦੋਂ ਬਖਸ਼ ਹੋਣਾ ਜਦ ਇੱਕ ਗੱਲ ਇਸਨੇ ਅੰਦਰੋਂ ਮੰਨ ਲਈ। ਪਰ ਇਹ ਕਹਿੰਦਾ ਮੈਂ ਬ੍ਰਹਮ ਗਿਆਨੀ ਹਾਂ, ਜੇ ਬ੍ਰਹਮ ਗਿਆਨੀ ਤਾਂ ਗਿਆਨੀ ਤਾਂ ਹੈਗਾ ਨਾ, ਮੰਨ ਲਿਆ ਗਿਆਨੀ ਵੀ ਨਹੀਂ, ਕਹਿੰਦਾ ਪੰਜ ਬਾਣੀਆਂ ਦਾ ਪਾਠ ਤਾਂ ਕਰ ਹੀ ਲਈਆ। ਮੰਨ ਲਿਆ ਪੰਜ ਪੰਜਾਂ ਦਾ ਵੀ ਕਹਿੰਦਾ ਨਾ ਕਰੀਏ, ਘੱਟੋ ਘੱਟ ਜਪਜੀ ਸਾਹਿਬ ਤਾਂ ਕਰ ਹੀ ਲੈਣਾ। ਇਹ ਕਹਿੰਦਾ ਮੈਂ ਤਾਂ ਕੁਛ ਵੀ ਨਹੀਂ ਕਰਦੇ, ਘੱਟੋ ਘੱਟ ਵਾਹਿਗੁਰੂ ਤਾਂ ਕਹਿੰਦੇ ਹੀ ਹਾਂ। ਪਾਤਸ਼ਾਹ ਕਹਿੰਦੇ ਇੱਕ ਗੱਲ ਮੰਨ ਜਾ ਗੁਰੂ ਦੀ ਹਜ਼ੂਰੀ 'ਚ, ਬਹੁਤਾ ਪਖੰਡ ਕਰਨ ਦੀ ਲੋੜ ਨਹੀਂ ਪੈਣੀ। ਇੱਕ ਗੱਲ ਢਿੱਡੋਂ ਕਹਿ ਦੇ ਕਿ ਮੈਂ ਮੂਰਖ ਕੀ ਕੇਤਕ ਬਾਤ ਹੈ, ਇੱਕ ਵਾਰੀ ਕਹਿ ਦੇ ਮੈਂ ਮੂਰਖ ਹਾਂ।
ਹਰ ਗੱਲ ਵਿੱਚ ਮੂੰਹ ਅੱਗੇ ਰੱਖਿਆ। ਮੈਂ ਮੂਰਖ ਇਹ ਨਹੀਂ ਕਿਹਾ ਤੂੰ ਮੂਰਖ, ਜੇ ਕਿਤੇ ਕਹਿ ਦਿੰਦੇ ਤਾਂ ਅਸੀਂ ਗੁਰੂ ਨਾਲ ਵੀ ਲੜ ਪੈਣਾ ਸੀ। ਜਦੋਂ ਔਗਣ ਸਾਡੇ ਦੱਸਦੇ ਨੇ ਤੇ ਪਾਤਸ਼ਾਹ ਆਪਣੇ ਤੇ ਲੈਂਦੇ ਨੇ, ਕਹਿੰਦੇ ਨੇ ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਦੀ ਦਰਿਆ ਰੇ। ਗੁਰੂ ਨਾਨਕ ਜੀ ਨੇ ਸੁਣਿਆ ਵੇਖਿਆ ਸੇ ਫਿਰ ਗੁਰੂ ਹਾਸਨਾ ਆ ਦੇਖ ਤੂੰ ਮਨ ਜਾ ਸਭ ਅਵਗੁਣ ਮੈਂ ਗੁਣ ਨਹੀਂ ਕੋਈ, ਕਿਉਂ ਕਰ ਕੰਤ ਮਿਲਾਵਾ ਹੋਈ। ਦੇਖ ਪਾਤਸ਼ਾਹ ਕੀ ਕਹਿ ਕੇ ਦੱਸਦੇ ਨੇ। ਆਓ ਸਾਡੇ ਨਾਲ ਸਾਂਝ ਪਾਉ ਸ਼ਬਦ ਦੀ, ਨਾਲ ਨਾਲ ਵਿਚਾਰ ਵੀ ਕਰ ਲਈਏ। ਕਾਹੇ ਮਨ ਤੂੰ ਬੋਲਤਾ ਸੁਧਾਰਨਾ ਸੀ ਉਹਨੂੰ ਛੱਡ ਕੇ ਜੰਗਲਾਂ ਵਿੱਚ ਚਲੇ ਗਏ। ਤੁਹਾਡੇ ਨਾਲ ਤੇ ਗੱਲ ਹੀ ਨਹੀਂ ਕਰਨੀ ਚਾਹੀਦੀ, ਤੁਹਾਡੇ ਨਾਲ ਬੈਠਣੀ ਨਹੀਂ ਚਾਹੀਦੀ। ਮੇਰੇ ਪਾਤਸ਼ਾਹ ਨੇ 10 ਸਰੀਰਾਂ ਵਿੱਚ ਆਏ ਨੇ, ਬਹੁਤੇ ਗੇੜੇ ਨਹੀਂ ਕੱਢੇ ਮਾਲਾ ਦੇ। ਭ੍ਰਿਸ਼ਟ ਸਮਾਜ ਨੂੰ ਇੱਕ ਨਾਲ ਇੱਕ ਕਰਕੇ ਇੱਟ ਖੜਕਾ ਦਿੱਤੀ, ਭ੍ਰਿਸ਼ਟ ਸਮਾਜ ਨੂੰ ਸੁੰਦਰ ਸਾਜਣ ਲਈ। ਇਹ ਸ਼ਾਇਦ ਸੋਚਦਾ ਵੀ ਸ਼ਾਇਦ ਮਾਲਾ ਦੇ ਗੇੜੇ ਕੱਢਣ ਨਾਲ ਕਿਵੇਂ ਕਰਦੇ ਨੇ ਤੇ ਕੋਈ ਗਲਤ ਨਾ ਸਮਝ ਜਾਏ। ਮਾਲਾ ਦੇ ਗੇੜੇ ਬਹੁਤੇ ਕੱਢਣ ਨਾਲ ਸੱਚਖੰਡ ਸਿੱਧਾ ਚੱਲ ਜਾਓ। ਕਦੇ ਕਦੇ ਪਾਤਸ਼ਾਹ ਦੇ ਜੀਵਨ ਦੇ ਗੁਰੂ ਨਾਨਕ ਸਾਹਿਬ ਨੇ ਜੀਵਨ ਦਾ ਬਹੁਤਾ ਸਮਾਂ ਉਸ ਸਮਾਜ ਵਿੱਚ ਬਿਤਾਇਆ ਜਿਹੜਾ ਭੁਲੱਕੜ, ਉਸ ਨੂੰ ਹੀ ਸੰਗਿਆ। ਸੁਣਿਆ ਹੈ ਰਾਜਾ ਦਸ਼ਰਥ ਅਕਰ ਫਕਰ, ਉਹ ਸ਼ਾਇਦ ਉਦਾਹਰਣ ਨਾਲ ਗੱਲ ਬਣ ਜਾਏ। ਸੁਣਿਆ ਹੈ ਰਾਜਾ ਦਸ਼ਰਥ ਸ਼ਬਦ ਭੇਦੀ ਵਾਣ ਮਾਰਦਾ ਸੀ, ਜਿੱਥੋਂ ਆਵਾਜ਼ ਆਉਂਦੀ ਸੀ ਤੀਰ ਮਾਰ ਕੇ ਉੱਥੇ ਹੀ ਆਵਾਜ਼
ਕਿ ਮੈਂ ਕਹਿੰਦਾ ਉੱਥੇ ਹੀ ਉਹ ਜਿਹੜਾ ਬਾਣ ਸੀ ਉੱਥੇ ਤੀਰ ਲੱਗਦਾ ਸੀ। ਸ਼ਿਕਾਰ ਖੇਡਣ ਗਿਆ, ਆਵਾਜ਼ ਆਈ, ਸੋਚਿਆ ਸ਼ਾਇਦ ਹਿਰਨ ਪਾਣੀ ਪੀਣ ਆਇਆ। ਤੀਰ ਮਾਰਿਆ, ਜਦ ਨੇੜੇ ਗਿਆ ਦੇਖਿਆ ਤੇ ਬਹੁਤ ਵੱਡਾ ਨੁਕਸਾਨ ਹੋ ਗਿਆ। ਅੰਧੇ ਬਾਪ ਦਾ ਪੁੱਤਰ, ਮਾਂ ਬਾਪ ਦਾ ਇੱਕੋ ਹੀ ਸਹਾਰਾ ਸਰਵਣ, ਉਸਦੇ ਤੀਰ ਵੱਜਿਆ, ਜਾਨ ਲੈ ਗਿਆ, ਗਰੀਬਾਂ ਦਾ ਸਹਾਰਾ ਲੈ ਗਿਆ। ਪਰ ਮਰਨ ਲੱਗੇ ਇਹ ਗੱਲ ਕਹਿ ਗਏ ਕਿ ਜਿਵੇਂ ਅਸੀਂ ਪੁੱਤਰ ਦੇ ਦੁੱਖ ਨਾਲ ਜਾ ਰਹੇ ਹਾਂ, ਇਵੇਂ ਤੂੰ ਵੀ ਜਾਏਗਾ। ਬਾਣ ਤਾਂ ਗੁਰੂ ਨਾਨਕ ਵੀ ਚਲਾਉਂਦੇ ਸੀ, ਮੈਂ ਇੱਥੇ ਲਿਆਉਣਾ ਚਾਹਾਂ ਤਾਂ ਬਾਣ ਤਾਂ ਗੁਰੂ ਨਾਨਕ ਵੀ ਚਲਾਉਂਦੇ ਸੀ, ਪਰ ਸ਼ਬਦ ਦਾ ਬਾਣ ਚਲਾਉਂਦੇ ਸੀ। ਜਿੱਥੋਂ ਹੰਕਾਰ ਆਉਂਦਾ ਸੀ ਉੱਥੇ ਮਾਰਦੇ ਸੀ, ਮੂੰਹ ਬੰਦ ਹੋ ਜਾਂਦਾ ਸੀ। ਜਿੱਥੇ ਠਗੀਆਂ ਠੋਰੀਆਂ ਹੁੰਦੀਆਂ ਸੀ, ਜਦ ਉੱਥੇ ਬਾਣ ਮਾਰਦੇ ਸੀ ਪਾਤਸ਼ਾਹ, ਉਹਦੀ ਠਗੀ ਬੰਦ ਕਰ ਦਿੰਦੇ ਸੀ। ਅਕਸਰ ਬਾਣ ਦਾ ਇਲਾਜ ਜਿਹੜਾ ਜ਼ਖਮੀ ਹੋਏ ਬੰਦੇ ਦਾ ਬਾਣ ਕੱਢ ਕੇ ਹੁੰਦਾ, ਪਰ ਗੁਰੂ ਨਾਨਕ ਸਾਹਿਬ ਦੇ ਸ਼ਬਦ ਦਾ ਬਾਣ ਜਿਸ ਨੂੰ ਲੱਗ ਜਾਂਦਾ ਸੀ, ਉਹ ਕਹਿੰਦਾ ਸੀ ਦਾਤਾ ਹੁਣ ਇਸ ਬਾਣ ਨੂੰ ਕੱਢਿਓ ਨਾ, ਹੁਣ ਆਨੰਦ ਬਹੁਤ ਆ ਗਿਆ। ਇੱਕ ਵਾਰੀ ਕਹਿ ਦੇ ਸਤਨਾਮ ਭਰ ਜਾਂਦੀ ਹੈ।
ਹੁਣ ਲਾਲਚ ਆ ਵੀ ਇਹ ਦਾਣੇ ਲੈ ਕੇ ਜਾਣੇ ਨੇ, ਖਿੱਲਾਂ ਲੈ ਕੇ ਜਾਣੀਆਂ ਨੇ, ਹੱਥ ਵਿੱਚ ਫਸ ਜਾਂਦਾ ਕਿਉਂਕਿ ਫੜਨ ਵਾਲਿਆਂ ਨੇ ਇਹ ਜਿਹੜੀ ਬਰਤਨ ਹੈ, ਕੁੱਜੀ ਹੈ, ਦੱਬੀ ਹੋਈ ਹੈ ਧਰਤੀ ਦੇ ਵਿੱਚ ਤਾਂ ਕਿ ਪੱਟ ਨਾ ਹੋ ਸਕੇ। ਅਸੀਂ ਸਾਡਾ ਵੀ ਇਹੀ ਹਾਲ ਆ, ਅਸੀਂ ਵੀ ਹੱਥ ਪਾਇਆ ਤੇ ਹੱਥ ਛੱਡਣ ਨੂੰ ਤਿਆਰ ਨਹੀਂ ਤੇ ਫੜੇ ਗਏ। ਸਿੱਧਾ ਜਿਹਾ ਸਾਦਾ ਫਾਰਮੂਲਾ ਬਾਦਸ਼ਾਹ ਕਹਿੰਦੇ ਨੇ
ਬਾਬਾ ਜੀ ਕਹਿੰਦੇ ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਅਨੰਦ। ਇਹ ਤਾਂ ਇਹਦੇ ਕੋਲੋਂ ਤਾਂ ਤੇਜ਼ ਸਾਈਕਲ ਹੀ ਕੋਲੋਂ ਦੀ ਲੰਘ ਜਾ, ਕਹਿੰਦਾ ਤੂੰ ਮੈਨੂੰ ਮਾਰਨਾ ਉਹਦੇ ਗਲ ਪੈ ਜਾਂਦਾ, ਮੌਤ ਤੋਂ ਇੰਨਾ ਡਰ ਸਨ। ਰੱਬ ਦੇ ਪਿਆਰੇ ਮੌਤ ਸਿਖਾਉਂਦੇ ਨੇ, ਮੌਤ ਪਾਤਸ਼ਾਹ ਜੀ ਨੇ ਇਸ ਸੰਸਾਰ ਨੂੰ ਇਸ ਦੇ ਹੰਕਾਰ ਨੂੰ ਮਾਰਨ ਲਈ ਕਿਹਾ। ਹੰਕਾਰ ਕਾਹਦਾ ਜੀ ਜੋ ਮਿਲਿਆ ਹੋਇਆ, ਤੈਨੂੰ ਪਤਾ ਮੇਰੀ 100 ਏਕੜ ਜ਼ਮੀਨ ਆ, ਜੇ ਕਦੇ ਗੁਰਮੁਖਾਂ ਨੂੰ ਮਿਲਣ ਵੀ ਚਲੇ ਜਾਈਏ, ਜੇ ਮੇਰੇ ਵਰਗਾ ਬੰਦਾ ਮਿਲਣ ਵੀ ਚਲੇ ਜਾਏ, ਸਭ ਤੋਂ ਪਹਿਲਾਂ ਆਪਣੀ ਲਿਸਟ ਅੱਗੇ ਰੱਖਦਾ ਮੈਂ ਜੀ ਐਕਸ SDO ਆ ਜੀ, ਮੈਂ ਐਕਸ ਸਰਪੰਚ ਆ ਜੀ, ਮੈਂ ਐਕਸ ਚੇਅਰਮੈਨ ਆ। ਆ ਸੁਣ ਲੈਣਾ ਤੁਹਾਨੂੰ, ਇਹਨੂੰ ਪੁੱਛੇ ਜੀ ਇਹਨਾਂ ਨੂੰ ਦੱਸਣ ਲੱਗਾ ਉਹਨੇ ਤੇਰੀ ਸਰਪੰਚੀ ਤੋਂ ਕੀ ਲੈਣਾ, ਤੇਰੇ SDO ਬੰਦ ਤੋਂ ਕੀ ਲੈਣਾ। ਗੱਲ ਤਾਂ ਗੁਰੂ ਦੀ ਸੁਣਨੀ ਸੀ ਗੁਰਮੁਖਾਂ ਕੋਲ ਜਾ ਕੇ, ਪਰ ਤੂੰ ਇਹ ਦੱਸਣਾ ਚਾਹੁੰਦਾ ਬੈਠਣ ਤੋਂ ਪਹਿਲਾਂ ਵੀ ਮੈਂ ਵੀ ਕੋਈ ਇਕੱਠ ਨਹੀਂ, ਮੈਂ ਵੀ ਕੋਈ ਚੀਜ਼ ਹਾਂ, ਕਿਤੇ ਏਦਾਂ ਨਾ ਸਮਝਣਾ ਵੀ ਤੁਸੀਂ ਬਹੁਤ ਵੱਡੇ ਹੋ, ਗੁਰਮੁਖ ਹੋ ਗਏ, ਮੈਂ ਵੀ ਕੁਝ ਹੈਗਾ, ਮੇਰਾ ਵੀ ਕੋਈ ਨਾਂ ਹੈ। ਵੱਡੀ ਲਿਸਟ ਰੱਖੀ ਆ, ਮੈਂ ਨੰਬਰਦਾਰ ਆ, ਮੈਂ ਸਰਪੰਚ, ਅਜੇ ਤੱਕ ਤਾਂ ਬਾਣੀ ਦੀ ਸੋਝੀ ਨਹੀਂ ਪੈਰੀ ਕੀਤਾ ਕੀ ਜਾ। ਸੰਗਤ ਕਹਿਣ ਲੱਗੀ ਪਾਤਸ਼ਾਹ ਮਨਮੁੱਖ ਕਿਵੇਂ ਸੀ,
ਰੋਜ਼ ਆਪ ਜੀ ਦੇ ਦਰਸ਼ਨ ਕਰਦਾ ਸੀ, ਚਰਨ ਸਪਰਸ਼ ਕਰਦਾ ਸੀ, ਚਰਨ ਧੂੜ ਲੈਂਦਾ ਸੀ, ਸੀਤ ਪ੍ਰਸ਼ਾਦ ਛਕਦਾ ਸੀ, ਆਪ ਜੀ ਦੇ ਸਨਮੁਖ ਬੈਠਦਾ ਸੀ। ਮਨਮੁਖ ਕਿਵੇਂ ਹੋ ਗਿਆ? ਮੇਰੇ ਮਾਲਕ ਕਹਿੰਦੇ ਆ, ਜੋ ਤੁਸੀਂ ਕਹਿੰਦੇ ਸਭ ਕੁਝ ਕਰਦਾ ਸੀ, ਫਿਰ ਗਲਤੀ ਕਿੱਥੇ ਹੋ ਗਈ? ਕਹਿੰਦੇ ਸੀ ਰੋਜ਼ ਸੰਗਤ ਵਿੱਚ, ਕਹਿੰਦੇ ਸੀ ਜਿਸ ਨੇ ਗੁਰੂ ਨਾਨਕ ਦਾ ਹੋਣਾ ਉਹ ਖੰਡੇ ਬਾਟੇ ਦਾ ਅੰਮ੍ਰਿਤ ਛਕ ਲਿਆ। ਇਹ ਨਿਬਰਾ ਹੀ ਚਲਾ ਗਿਆ ਤੇ ਅੰਮ੍ਰਿਤ ਛਕੇ ਤੋਂ ਬਗੈਰ ਹੀ ਚਲਾ ਗਿਆ। ਕਈ ਵਾਰੀ ਸਾਰੀ ਜ਼ਿੰਦਗੀ ਸਾਡੇ ਚੋਂ ਬਹੁਤੇ ਤਾਂ ਏਦਾਂ ਦੇ ਹੀ ਨੇ, ਸੁਣਦੇ ਸਭ ਕੁਝ ਨੇ, ਸਿਰ ਸੁਰ ਵੀ ਬਹੁਤ ਮਾਰੀ ਦਾ, ਪਰ ਜੋ ਸਤਿਗੁਰ ਕਹਿੰਦੇ ਨੇ ਉਹ ਨਹੀਂ ਮੰਨਦਾ। ਇਹਦੀ ਜ਼ਿੰਦਗੀ ਏਦਾਂ ਹੀ ਮਨਮੁੱਖ ਦੀ ਨਿਕਲ ਗਈ। ਇਹ ਪਤਾ ਕੀ ਕਹਿੰਦਾ? ਇਹ ਕਹਿੰਦਾ ਮਨ ਸਾਫ ਚਾਹੀਦਾ, ਅੰਮ੍ਰਿਤ ਤੋਂ ਕੀ ਲੈਣਾ। ਇਹਨੂੰ ਪੁੱਛੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਮਨ ਮੈਲਾ ਸੀ, ਉਹ ਤਾਂ ਕਿਹਾ ਆਪਣੇ ਖਾਲਸੇ ਨੂੰ ਕਹਿੰਦੇ ਨੇ ਮੈਨੂੰ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਾ ਦਿਓ, ਤੇਰਾ ਮਨ ਸਾਫ ਆ। ਗੁਰੂ ਨਾਲੋਂ ਹੋ ਸਕਦਾ ਤੇਰਾ ਮਨ ਬਹੁਤਾ ਸਾਫ ਹੋਵੇ। ਅਧੇਖ ਪਾਤਸ਼ਾਹ ਕੀ ਕਹਿੰਦੇ ਨੇ? ਕਹਿੰਦੇ ਕੋਲ ਬੈਠ ਕੇ ਵੀ ਨਿਵਰਾ ਹੀ ਚਲਾ ਗਿਆ। ਕਦੇ ਹਿੰਦੁਸਤਾਨ ਵਿੱਚ ਸਤੀ ਦੀ ਰਸਮ ਸੀ, ਜਦ ਪਤੀ ਚੜ੍ਹਾਈ ਕਰ ਜਾਂਦਾ ਸੀ ਉਹ ਵੀ ਨਾਲ ਹੀ ਚਿਤਾ ਦੇ ਵਿੱਚ ਬੈਠ ਜਾਂਦੀ ਸੀ। ਹੁਣ ਤਾਂ ਇੱਕ ਦੂਜੇ ਨੂੰ ਆ ਕੇ ਲਾ ਦਿੰਦੇ ਨੇ, ਕਿਸੇ ਦੇ ਵਿੱਚ ਸਭ ਨੂੰ ਜਿਹਦਾ ਨਾਲ ਲੱਗ ਗਿਆ। ਬਾਬਾ ਕਬੀਰ ਸਾਹਿਬ ਜੀ ਨੇ ਉਹ ਪ੍ਰਮਾਣ ਲਿਆ, ਕਹਿੰਦੇ ਉਹ ਔਰਤ ਜਿਸ ਦਾ ਪਤੀ ਚੜ੍ਹਾਈ ਕਰ ਜਾਏ, ਸੰਧਾਰਾ ਉਹ ਥਾਲ ਹੁੰਦਾ ਜਿਹਦੇ 'ਚ ਪੰਜ ਚੀਜ਼ਾਂ ਕਹਿੰਦੇ ਹੁੰਦੀਆਂ ਨੇ, ਜਿਵੇਂ ਮੰਗਲ ਸੂਤਰ ਸੰਧੂਰ ਵਗੈਰਾ ਵਗੈਰਾ, ਪੰਜ ਚੀਜ਼ਾਂ ਹੁੰਦੀਆਂ ਨੇ। ਅਤੇ ਬਾਬਾ ਜੀ ਉਸਦਾ ਪ੍ਰਮਾਣ ਲੈ ਕੇ ਕਹਿੰਦੇ ਨੇ ਜਦੋਂ ਚਾਲੀ ਪੈ ਚਿਤਾ ਵੱਲ ਨੂੰ ਤਾਂ ਹੁਣ ਕਾਹਦਾ ਡਗਮਗ, ਹੁਣ ਤਾਂ ਸਿਰਾ ਲਾ ਕੇ ਹਟਾ ਗਿਆ। ਹੁਣ ਮੁੜਨ ਵਾਲਾ ਕੰਮ ਕੋਈ ਨਹੀਂ, ਡਗਮਗ ਛਾਟ ਰਹੇ ਮਨ ਮੌਰਾ, ਅਬ ਤੋ ਜਰੈ ਮਰੈ ਸਿੱਧ ਪਾਈਏ। ਹੁਣ ਭਾਵੇਂ ਖਾਕ ਹੋ ਜਾਈਏ, ਹੁਣ ਤੇ ਮਿਲਾਪ ਕਰਕੇ ਰਹਾਂਗੇ ਮਾਲਕ ਦੇ ਨਾਲ। ਉਹਨੀ ਛੱਡਿਆ ਮਾਇਆ ਸਵਾਰਨਾ, ਸ਼ਰਤ ਰੱਖੀ ਪਾਤਸ਼ਾਹ, ਕਹਿੰਦੇ ਉਹਨਾਂ ਨੇ ਮਾਇਆ ਦਾ ਖਹਿੜਾ ਛੱਡ ਦਿੱਤਾ,
ਧਨ ਸੰਚਿਆ ਨਾਮ ਉਪਾਰ ਉਹ ਨਾਮ ਧਨ ਉਹ ਸਦਾ ਹੀ ਨਾਮ ਧਨ ਨੂੰ ਇਕੱਤਰ ਕੀਤਾ ਪਰ ਕਿਹਨੇ ਕੀਤਾ ਕੀ ਕਹਿੰਦੇ ਨੇ ਆਠ ਪਹਿਰ ਇੱਕ ਤੈ ਲਿਵੈ ਅੱਠੇ ਪਹਿਰ ਇੱਕ ਚ ਸੁਰਤ ਹੋਵੇ ਇੱਕ ਦੇ ਦਰਸ਼ਨਾਂ ਦੀ ਇੱਛਾ ਹੋਵੇ ਇੱਕ ਦੇ ਕੋਲ ਹੀ ਰਹਿਣ ਦਾ ਮਲਾਲ ਹੋਵੇ ਇਹ ਤਾਂ ਘੜੀ ਘੜੀ ਇਹ ਤਾਂ ਘੜੀ ਘੜੀ ਬਾਅਦ ਬਦਲਦਾ ਵਾਹਿਗੁਰੂ 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 ਵਾਹਿਗੁਰੂ
ਰਾਮ ਕਲੀ ਮਹਲਾ ਤੀਜਾ ਆਨੰਦ ਇੱਕ ਓਂਕਾਰ ਸਤਿਗੁਰ ਸੱਜਣਾਂ ਦੇ ਉਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਰੋਜ਼ ਹੁੰਦਾ।